ਮੇਰਾ ਨਾਮ ਦਰਬਾਰਾ ਸਿੰਘ, ਮੇਰੀ ਮਿਸੇ ਦਾ ਨਾਮ ਪਰਮਜੀਤ ਕੌਰ, ਅਸੀਂ ਬੁਢਲਾਡੇ ਤੋਂ ਬਿਲੋਂਗ ਕਰਦੇ ਹਾਂ ਜੀ। ਅਤੇ ਸਾਡੀ ਜਿਹੜੀ ਮੈਰਿਜ ਹੈਗੀ 97 'ਚ ਹੋਈ ਸੀ, ਲਗਭਗ 25 ਸਾਲ ਹੋ ਚੁੱਕੇ ਹੈਗੇ। ਅਤੇ ਅਸੀਂ ਹਰ ਜਗ੍ਹਾ ਮਤਲਬ ਦਵਾਈ ਖਾਧੀ, ਯਾਨੀ ਕਿ ਨਾਗਪਾਲ ਹੋਸਪਿਟਲ ਬਠਿੰਡਾ ਤੋਂ ਵੀ ਮਤਲਬ ਸਾਡੀ ਦਵਾਈ ਚੱਲਦੀ ਰਹੀ ਹੈ। ਉੱਥੇ ਪ੍ਰੈਗਨੈਂਸੀ ਹੋ ਗਈ ਸੀ, ਪਰ 5 ਮਹੀਨੇ 'ਚ ਬੱਚਾ ਫਿਰ ਐਕਸਪਾਇਰ ਹੋ ਗਿਆ ਸੀਗਾ। ਅਤੇ ਫਿਰ ਸਾਨੂੰ ਮਤਲਬ ਡਾਕਟਰ ਸੁਨੀਤਾ ਸੁਫਤ ਬਾਰੇ ਮਤਲਬ ਅਸੀਂ ਐਡ ਦੇਖੀ ਟੀ ਵੀ 'ਤੇ, ਅਤੇ ਉਹਦੀ ਐਡ ਦੇਖ ਕੇ ਅਸੀਂ ਇੱਥੇ ਆਏ ਲੁਧਿਆਣਾ। ਇਹਨਾਂ ਨਾਲ ਗੱਲਬਾਤ ਕੀਤੀ ਅਤੇ ਅਸੀਂ ਇਲਾਜ ਸ਼ੁਰੂ ਕੀਤਾ। ਮਤਲਬ 18 ਫਰਵਰੀ 2021 'ਚ ਅਸੀਂ ਮਤਲਬ ਦਵਾਈ ਸਟਾਰਟ ਕੀਤੀ ਸੀਗੀ, ਅਤੇ 20 ਮਾਰਚ 2022 'ਚ ਮਤਲਬ ਆਪਣੇ ਇਹ ਬੇਟੇ ਨੇ ਜਨਮ ਲੈ ਲਿਆ ਸੀਗਾ। ਮਤਲਬ ਫਸਟ ਟਾਈਮ ਦੇ ਵਿੱਚ ਹੀ ਆਪਣਾ ਟ੍ਰੀਟਮੈਂਟ ਬਿਲਕੁਲ ਸਹੀ ਹੋ ਗਿਆ ਸੀਗਾ ਜੀ। ਅਤੇ ਅੱਜ ਅਸੀਂ ਡਾਕਟਰ ਸੁਨੀਤਾ ਸੁਫਤ ਦਾ ਹਸਬੈਂਡ, ਵਾਈਫ ਸਮੇਤ ਬੱਚਾ ਅਸੀਂ ਮਤਲਬ ਧੰਨਵਾਦ ਕਰਨ ਵਾਸਤੇ ਆਏ ਹਾਂ ਜੀ। ਅਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ ਸਾਡੇ ਘਰ ਜਿਨ੍ਹਾਂ ਨੇ ਬੂਟਾ ਲਾਇਆ ਅੱਜ।